दुकाना खुलियां उन्होंने सारे असं बड़े प्यार अपील कर आए हैं कि अज किसानी अंदोलन का साथ दिओ। 27 तरीक नूं सारा हिंदुस्तान बंद आ, असं बिल्कुल शांतमई तरीके दे नाल सारे शहर वासियों नूं तुहाडे मीडिया राहीं अपील करते हैं कि जिन्ना भी किसानी भज रहे हैं हमदर्दी रखते अपने अज दुकाना बंद रखो ताकि एकजुटता का प्रतीक कर दे के आपां ये मोदी सरकार नूं दस दईए कि सारे किसान मजदूर दुकानदार सारे एक ने ते वो मोदी के काले कानून का पुरजोर विरोध करते हैं। ਕਿਹੜੀ ਚੀਜ਼ ਦਾ ਛੋੜ ਦਿੱਤੀ ਕਿ ਕਿਸਾਨਾਂ ਨੂੰ ਕੋਈ ਐਮਰਜੈਂਸੀ ਚੀਜ਼ਾਂ ਲੈ ਕੇ? ਵੇਖੋ ਜੀ, ਜਿਨ੍ਹਾਂ ਨੂੰ ਕਿਸੇ ਨੂੰ ਕੋਈ ਐਮਰਜੈਂਸੀ ਮਰੀਜ਼ ਆ ਜਾਂ ਕਿਸੇ ਨੂੰ ਕੋਈ ਦੁੱਖ ਤਕਲੀਫ ਆ ਜਾਂ ਕੋਈ ਮੈਰਿਜ ਵਾ, ਕੋਈ ਵੀ ਐਮਰਜੈਂਸੀ ਸਵਾਵਾਂ ਜਾਂ ਕੋਈ ਨੇ ਬਾਹਰ ਜਾਣਾ ਕਿਸੇ ਦੀ ਅੱਜ ਟਿਕਟ ਵਾ, ਅਸੀਂ ਕਿਸੇ ਨੂੰ ਉਹਨੂੰ ਬਿਲਕੁਲ ਨਹੀਂ ਰੋਕਾਂਗੇ। ਉਹਨਾਂ ਨੂੰ ਬਿਲਕੁਲ ਪੂਰੀ ਖੁੱਲ੍ਹ ਵਾ ਕਿ ਉਹ ਆਪਣਾ ਜਿਹੜੀ ਐਮਰਜੈਂਸੀ ਵਾਸਤੇ ਜ਼ਰੂਰ ਜਾਣ ਅਤੇ ਉਸ ਤੋਂ ਇਲਾਵਾ ਕਿਸੇ ਨੂੰ ਇਜਾਜ਼ਤ ਨਹੀਂ ਜੀ। ਹਾਂਜੀ ਸਰਪੰਚ ਸਾਹਿਬ, ਅੱਜ ਤੁਸੀਂ ਸਵੇਰ ਦੇ ਆਏ ਜੀ, ਸ਼ਾਂਤਮਈ ਧਰਨਾ ਕਹਿ ਰਹੇ ਲੋਕਾਂ ਨੂੰ, ਕੁਛ ਸ਼ਰਾਬ ਦੇ ਠੇਕੇ ਖੁੱਲ੍ਹੇ ਪਾਏ ਗਏ, ਇਹਨਾਂ ਦੁਕਾਨਾਂ ਖੁੱਲ੍ਹੀਆਂ ਪਈਆਂ ਗਈਆਂ, ਹੁਣ ਅਸੀਂ ਠੇਕਿਆਂ 'ਤੇ ਇਹਨਾਂ ਭਰਾਵਾਂ ਨੂੰ ਬੇਨਤੀ ਕੀਤੀ ਆ ਵੀ ਇਹ ਵੇਖੋ ਕਿਸਾਨਾਂ ਦਾ ਨਾਲ ਸਾਥ ਦੇਣ, ਇਹ ਕਰਕੇ ਵੀ ਅਸੀਂ ਤਾਂ ਹੋਰ ਵੀ ਜਿਹੜੇ ਇੱਕ ਸਿਰਫ ਮੈਡੀਕਲ ਜਾਂ ਡਾਕਟਰ ਦੇ ਦੁਕਾਨਾਂ ਖੁੱਲ੍ਹੀਆਂ ਰਹਿਣ ਦਾ ਕਰਕੇ, ਬਾਕੀ ਜੇ ਕਿਸੇ ਨੇ ਕਰਿਆਨੇ ਵਾਲੇ ਵੀ ਵੀਰ ਨੇ ਦੁਕਾਨਾਂ ਖੋਲ੍ਹੀਆਂ ਜਾਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਬੰਦ ਕਰ ਲੈਣ। ਮਥਰਿਆ ਸਾਹਿਬ, ਤੁਸੀਂ ਅੱਜ ਸਵੇਰੇ ਨੌਜਵਾਨ ਸਵਾਲ ਤੁਰ ਰਹੀ ਹੈ, ਕੀ ਨੌਜਵਾਨ ਕਹਿਣਾ ਚਾਹੁੰਦੇ ਜੀ ਅੱਜ ਦੇਸ਼ ਦਾ ਸਾਰਾ ਬੰਦ ਆ ਰਿਹਾ? ਵੀਰ ਜੀ, ਸ਼ੁਰੂ ਤੋਂ ਹੀ ਜਿਸ ਦਿਨ ਦਾ ਆਪਣਾ ਇਹ ਕਿਸਾਨੀ ਮੋਰਚਾ ਲੱਗਾ ਵਾ ਤਕਰੀਬਨ ਇੱਕ ਸਾਲ ਪਹਿਲਾਂ ਤੋਂ, ਨੌਜਵਾਨਾਂ ਦਾ ਪੂਰਾ ਸਾਥ ਆ। ਪਹਿਲੇ ਦਿਨ ਤੋਂ ਜੇ ਤੁਸੀਂ ਦੇਖੋਗੇ ਤਾਂ ਦਿੱਲੀ ਜਾ ਕੇ ਵੀ ਨੌਜਵਾਨਾਂ ਨੇ ਸਭ ਤੋਂ ਪਹਿਲਾਂ ਆਪਣੀਆਂ ਟਰਾਲੀਆਂ ਅੱਗੇ ਲਾਈਆਂ ਸੀ। ਅਤੇ ਜੇ ਅੱਜ ਬੰਦ ਦੀ ਗੱਲ ਕਰੀਏ, ਪਹਿਲੇ ਤਾਂ ਤਰ੍ਹਾਂ ਜਿਸ ਤਰ੍ਹਾਂ ਅੱਗੇ ਵੀ ਆਪਣਾ ਬੰਦ ਦਾ ਸੱਦਾ ਸੀ ਅਤੇ ਨੌਜਵਾਨਾਂ ਨੇ ਪੂਰਾ ਸਾਥ ਦਿੱਤਾ ਵਾ, ਅੱਜ ਵੀ ਨੌਜਵਾਨ ਜਿੱਥੇ ਧਰਨਾ ਲੱਗਾ ਆਪਣਾ ਟੀ ਪੁਆਇੰਟ 'ਤੇ, ਉੱਥੇ ਵੀ ਪੂਰਾ ਸਹਿਯੋਗ ਆ, ਬੰਦ ਕਰਾਉਣ ਦੇ ਵਿੱਚ ਵੀ ਪੂਰੇ ਨੌਜਵਾਨ ਨਾਲ ਆ ਜੀ। ਗੱਲਬਾਤ ਜਿੱਥੇ ਸੈਂਸਿਟਿਵ ਪੁਆਇੰਟ ਲੱਗਦੇ ਜੀ ਉੱਥੇ ਨਾਕਾਬੰਦੀ ਕੀਤੀ ਹੋਈ ਆ, ਜਿਹੜੇ ਮਾਰਕੀਟ ਏਰੀਆ ਦੇ ਵਿੱਚ ਜਾਣਾ ਰੋਡ ਦੇ ਉੱਪਰ, ਜਿੱਥੇ ਕੁਛ ਸਿਲੈਕਟਿਵ ਪੁਆਇੰਟ ਆਏ ਗਏ ਜੀ, ਪਹਿਲਾਂ ਹੀ ਪਤਾ ਹੀ ਗਿਆ ਕਿ ਇੱਥੇ ਧਰਨੇ ਹੋਣੇ ਆ, ਉੱਥੇ ਵੀ ਰੋਡ ਕੱਢੀ। ਕੁਛ ਸ਼ਾਂਤ ਬਾਈ ਜਾ ਰਿਹਾ ਸਰ? ਬਿਲਕੁਲ ਠੀਕ ਪਤਾ ਜੀ। ਪੁਲਿਸ ਨੂੰ ਕੀ ਪ੍ਰਬੰਧ ਕੀਤੇ ਗਏ ਨਾ? ਹਾਂਜੀ, ਪੁਲਿਸ ਨੂੰ ਕੀ ਪ੍ਰਬੰਧ ਕੀਤੇ ਗਏ? ਪੁਲਿਸ ਨੇ ਜਿਹੜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਆਪਣੀ ਸਿਕਿਉਰਿਟੀ ਅਰੇਂਜਮੈਂਟ ਕੀਤੀ ਆ, ਵੀਡੀਓ ਮੁਕੰਮਲ ਅਰੇਂਜਮੈਂਟ ਆ। ਮਾਲਕ ਨੇ ਦੇਣਾ ਲੰਗਰ ਲਿਆ ਕੇ ਦੇਣਾ, ਸਵਾਹ ਪਈਆ ਕੋਈ ਨੀ ਉਹਦਾ।